ਦੇਖੀ ਨੂੰ ਇਹ ਸਾਹਮਣੇ ਜਿਹੜਾ ਨਾ ਸਰਾਇਕੀ ਦੇ ਵਿੱਚ ਅਸਾਂ ਆਉਂਦੇ ਹਾਂ ਫਰੜ ਕੱਢਣ ਦੇ ਫਰੜ ਕੱਢਦੇ ਪਏ ਨੇ ਖੱਟੜੇ ਦੀ ਹਾਂਜੀ 4 ਵਜੇ ਜਿੱਥੇ ਵੇ ਪਾਵਾ ਇੱਕ ਸਾਈਡ ਕੋਲ ਉੱਚਾ ਜੀ ਅਤੇ ਸਾਡੇ ਪਾਕਿਸਤਾਨੀ ਆਵਾਮ ਦਾ ਜਿਹੜਾ ਟੈਲੈਂਟ ਹੈ ਤੁਸੀਂ ਇਹ ਚੈੱਕ ਕਰੋ ਕਿ ਇਹ ਮੇਨ GT ਰੋਡ ਦੇ ਉੱਤੇ ਖੜ ਕੇ ਖੱਟੜੇ ਸਿੱਧੇ ਕਰਦੇ ਪਏ ਨੇ ਇੰਨੇ ਕੁ ਇਹ ਪਰੇਸ਼ਾਨੀ ਕੋਈ ਨਹੀਂ ਕਿ ਟ੍ਰੈਫਿਕ ਮੁਤਾਰਸ ਦਿੰਦੀ ਵੀ ਜਾਂ ਕੋਈ ਮਸਲਾ ਬਣ ਸਕਦੇ ਏਡੇ ਕਿ ਨੋ ਕਾਰ ਤੇ ਟਰੱਕ ਇਕੱਠੇ ਵੇਂਦੇ ਪਏ ਨੇ ਇਹ ਲੇਕਿਨ ਮੇਨ ਰੋਡ ਦੇ ਉੱਤੇ ਇਹ ਹੈ ਜੀ ਸਾਰੀ ਪਾਕਿਸਤਾਨੀ ਆਵਾਮ ਦਾ ਟੈਲੈਂਟ ਤਾਂ ਯਾਰ ਦੇਖ ਕੇ ਨੋ ਇਤਨੀ ਮਿਹਨਤ ਕਰਦੇ ਪਏ ਇਹਨਾਂ ਵਾਸਤੇ ਇੱਕ ਲਾਈਕ ਤਾਂ ਬਣਦੇ ਕਿ ਰੋਡ ਦੀ ਅੱਧ 'ਚ ਰੱਖ ਕੇ ਜਿਹੜਾ ਨਾ ਖੱਟੜੇ ਸਿੱਧੇ ਕਰਦੇ ਖੜਨ ਔਰ ਮੇਨ ਰੋਡ ਦੇ ਉੱਤੇ ਦੇਖ ਕੇ ਨੋ ਤਾਂ ਟ੍ਰੈਫਿਕ ਵੀ ਚੱਲਦੀ ਪਈ ਹੈ ਇਤਨੀ ਟੈਲੈਂਟਡ ਆਵਾਮ ਹੈ ਦੇਖ ਕੇ ਨੋ ਪਾਕਿਸਤਾਨ ਦੀ बस दे आले को आदे खाड़ में खटड़ा सीधा करें पहले वाह जी वाह क्या बात है। हाँ दोस्तों तुसा देख गिनो